ਉਹੀ ਪਹਿਲਾਂ ਲੋਏ ਕਹਿੰਦੇ ਆਹ ਲਾ ਪਾਇਆ ਸ਼ਾਹ ਹੋਰਾਂ ਨੇ ਇੰਟਰਵਿਊ ਚੱਲ ਰਿਹਾ ਤੇ ਇੰਟਰਵਿਊ ਆ ਜੇ ਇੰਟਰਵਿਊ ਖੜੇ ਕੀਤੇ ਵੇ ਨੇ ਪੰਜਾਬ ਕੇਸਰੀ ਵਾਲੇ ਆਪਣੇ ਤੱਕ ਲੈ ਦੇ ਜੀ ਮਿੱਠੂ ਜੀ ਉਹ ਦੇਖੋ ਦੇ ਉਹ ਦਿਲ ਤਾਂ ਨਹੀਂ ਮਾੜਾ ਬਦਲੇ ਜੋ ਦੇਖ ਕੇ ਮਹਾਨ ਫੱਕੀ ਮਾਨ ਜੰਡੂਆਂ ਦੀ ਚੱਕਰੀ ਦੀ ਕੋਲ ਹਾਂਜੀ ਗਾਇਸ ਕਿੱਦਾਂ ਸਾਰੇ ਹੋਪ ਕਰਦਾ ਸਾਰੇ ਜਾਣੇ ਵਧੀਆ ਹੋਵੋਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਵਲੌਗ 'ਚ ਹੁਣ ਅੱਜ ਦਾ ਵੀ ਡੇਲੀ ਵਲੌਗ ਹੀ ਰਹੂਗਾ ਸਾਨੂੰ ਪਤਾ ਆਪ ਨਹੀਂ ਹੈਗਾ ਨਾ ਕਰਨਾ ਕੀ ਵਲੌਗ ਬਟ ਜੋ ਵੀ ਕਰਾਂਗੇ ਤੁਹਾਨੂੰ ਪਤਾ ਵਧੀਆ ਕਰਾਂਗੇ ਹਾਸੇ ਮਜ਼ਾਕ ਵਾਲਾ ਵਲੌਗ ਹੋਊਗਾ ਜੇ ਵਲੌਗ ਪਸੰਦ ਆਊਗਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੁਣ ਆਪਾਂ ਚੱਲੇ ਹਾਂ ਬੈਂਕ ਅਤੇ ਮਾੜਾ ਜਿਹਾ ਇੱਕ ਦੋ ਕੰਮ ਹੋ ਗਿਆ ਨੇ ਉਹ ਆਈਏ ਸਭ ਤੋਂ ਪਹਿਲਾਂ ਤਾਂ ਪਾਪਾ ਜੀ ਨੇ ਇੱਕ ਟੀ-ਸ਼ਰਟ ਲਿਆਂਦੀ ਸਭ ਤੋਂ ਪਹਿਲਾਂ ਤਾਂ ਬਹੁਤ ਚੇਂਜ ਕਰਾਉਣ ਚੱਲੇ ਹਾਂ ਸੋ ਤੁਹਾਨੂੰ ਦੁਕਾਨ 'ਤੇ ਜਾ ਕੇ ਮਿਲਦੇ ਹਾਂ ਗਰਮੀ ਹੋ ਗਈ ਗੱਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਹੋ ਗਈ ਕਾਲੇ ਹੁੰਦੇ ਦਿਨ ਸਾਡੇ ਆ ਗਏ ਨੇ ਹੁਣ ਆਪਾਂ ਵੀ ਸ਼ਿਵਮ ਭਰਾ 'ਚ ਤਬਦੀਲ ਹੋਣ ਲੱਗੇ ਹਾਂ ਥੋੜ੍ਹੇ ਦਿਨਾਂ 'ਚ ਸ਼ਿਵਮ ਭਰਾ ਸਾਡਾ ਤੁਹਾਨੂੰ ਪਤਾ ਕਲੂਆ ਜੀ ਕੋਈ ਗੱਲ ਆਪਾਂ ਟੀ ਸ਼ਰਟ ਚੇਂਜ ਕਰਾ ਕੇ ਵਿਹਲੇ ਹੋ ਗਏ ਹਾਂ ਆਪਣੇ ਬੱਚੇ ਨੇ ਐਕਚੁਅਲੀ ਲਿੱਤੀ ਨਵੀਂ ਗੱਡੀ ਉਹਦੀ ਗਲੀ ਜੀ ਆ ਵਾ ਹਾਲਾਂਕਿ ਇਹਦੇ ਵੱਲ ਜਾਣਾ ਤਾਂ ਨਹੀਂ ਇੰਨੇ ਮੇਰੇ ਵੱਲ ਆਉਣਾ ਵਾ ਅਤੇ ਮੈਂ ਤਾਂ ਅੱਗੇ ਬੈਂਕ ਚੱਲਾ ਸੀਗਾ ਮੈਂ ਕਿਹਾ ਚਲੋ ਇਹਦੀ ਗਲੀ 'ਚ ਹੁੰਦੇ ਜਾਂਦੇ ਇਹਦੀ ਗੱਡੀ ਵੀ ਨਜ਼ਰ ਮਾਰਦੀ ਨਾਲ ਤੁਹਾਨੂੰ ਵੀ ਨਜ਼ਰ ਮਾਰਾ ਦਈਏ ਆਹ ਦੇਖੋ ਸਾਹਮਣੇ ਗੱਡੀ ਖੜੀ ਆਪਣੇ ਪੁੱਤਰ ਦੀ ਇਹ ਗੱਡੀ ਖੜੀ ਯਾਰਾਂ ਦੀ ਗ੍ਰੈਂਡ ਵਿਟਾਰਾ ਹਾਂ ਛੇ ਗੱਲਬਾਤ ਪੂਰਾ ਯਕੀਨ ਸੀਗੇ ਇੱਕ ਦਿਨ ਮੇਰਾ ਪੁੱਤਰ ਮੇਰਾ ਨਾਮ ਜ਼ਰੂਰ ਰੋਸ਼ਨ ਕਰੇਗਾ ਅਤੇ ਮੈਨੂੰ ਗੱਡੀ ਗਿਫਟ ਕਰੇਗਾ ਦੇਖ ਲਓ ਬੱਚੇ ਜਿੱਦਾਂ ਮਰਜ਼ੀ ਆ ਬੱਚੇ ਮਾਂ ਪਿਓ ਦੀ ਨਾ ਕੀ ਕਹਿੰਦੇ ਆ ਵੀ ਇੱਛਾਵਾਂ ਦੇ ਪੂਰੇ ਉੱਤਰ ਹੀ ਆਉਂਦੇ ਨੇ ਜਿੱਦਾਂ ਮਰਜ਼ੀ ਤੁਸੀਂ ਲਾ ਲਓ ਮਿੱਤਰੋ ਯਾਰ ਹੋਣੀ ਬੈਂਕ 'ਚ ਕੈਸ਼ ਜਮ੍ਹਾਂ ਕਰਾ ਕੇ ਹੋ ਗਏ ਨੇ ਵਿਹਲੇ ਹੁਣ ਚੱਲੀਏ ਘਰਾਂ ਨੂੰ ਐਕਚੁਅਲੀ ਮੈਂ ਤਾਂ ਲਾਉਣ ਲੱਗਾ ਮੇਰੇ ਵੱਲ ਜਿੱਦਾਂ ਨਾ ਤੁਹਾਨੂੰ ਦਿਖਾਇਆ ਗੱਡੀ ਨਵੀਂ ਲੈ ਕੇ ਆਇਆ ਉਹਦੀ ਗੱਡੀ ਦਾ ਕੰਮ ਕਰਾਉਣ ਜਾਣਾ ਕੁਛ ਅਤੇ ਬਾਕੀ ਤੁਹਾਨੂੰ ਆਪਾਂ ਅੱਗੇ ਜਾ ਕੇ ਮਿਲਦੇ ਹਾਂ ਆਂਟੀ ਨੂੰ ਵਿਚਾਰਿਆਂ ਨੇ ਵੀ ਕੁਛ ਦਿੱਤਾ ਗਿਆ ਵਾ ਦੇਖੋ ਦੇਖੋ ਡਰ ਆਂਟੀ ਕੇ ਆਪਣੇ ਡਿੱਗੀ ਦੇਵੇ ਹਾਂਜੀ ਉਸਤਾਦ ਜੀ ਠੀਕ ਹੋ ਜੀ ਆ ਵਲੌਗ ਚੱਲਣ ਡਿਆ ਜੇ ਹਾਏ ਕਰ ਦਿਓ ਵਿਊਅਰਸ ਨੂੰ ਹਾਏ ਇੱਕ ਡੱਬੀ ਦੀ ਯਾਰ ਦਹੀਂ ਦੀ ਹੋਣੀ ਫਿਰ ਤਾਂ ਬਿਮਾਰ ਬਿਮਾਰੀ ਤੁਹਾਨੂੰ ਪਤਾ ਹੀ ਹੈ ਫਿਰ ਕੀ ਮਿਲਦਾ ਖਾਣ ਨੂੰ ਖਿਚੜੀ ਅਤੇ ਦਹੀਂ ਛੇ ਪਿੰਡ ਬਹੁਤ ਇਹਨਾਂ ਨੂੰ ਛੱਕ ਕੇ ਆ ਬਲੈਕ ਕਰਦੇ ਪਿੰਡ ਬਹੁਤ ਲਓ ਜੀ ਵਧਾਈਆਂ ਦਿਓ ਉਸਤਾਦ ਜੀ ਨੂੰ ਪਿੰਡ ਬਹੁਤ ਦਿਨ ਨੂੰ ਛੱਕ ਕੇ ਆ ਬਲੈਕ ਕਰਦੇ ਹਾਂ ਜੇ ਖੁਸ਼ ਹੋਏ ਫਿਰ ਤੇ ਯਾਰ ਹੋਣੀ ਗੱਡੀ ਤਾਂ ਸੋਹਣੀ ਆ ਮੈਂ ਇਹ ਤੇਰੀ ਗਲੀ 'ਚ ਹੁੰਦਾ ਵਲੌਗ ਦਿਖਾ ਕੇ ਨਿਕਲਿਆ ਮੈਂ ਜਿਵਾਸ਼ ਹੋ ਜਾਣਾ ਆਪਾਂ ਚਲਦੇ ਆ ਉਹ ਕਹਿੰਦਾ ਘੰਟਾ ਲੱਗਣਾ ਵਾ ਫੋਨ ਐ ਹੀ ਆਉਣਾ ਮੈਨੂੰ ਚੱਲ ਮੈਂ ਮਿਸਟਰ ਏਪੀ ਜੇ ਬਣਿਆ ਭਾਜੀ ਪਤਾ ਮੈਨੂੰ ਮੈਂ ਕਿੱਦਾਂ ਮੈਸੇਜ ਟੈਂਪਰੇਰੀ ਨੰਬਰ ਹੈਗਾ ਉਹ ਲਵਾ ਲਿਆ ਹੀ ਹੈ ਅੱਛਾ ਤੇ ਮੱਡ ਫਲੈਪ ਲੱਗਣੇ ਆ ਚਲੋ ਚਲੋ ਕੰਪਨੀ ਵਾਲਿਆਂ ਨੇ ਲਾਉਂਦਾ ਨਹੀਂ ਹੈ ਅੱਜ ਉਹ ਲਾ ਕੇ ਫਿਰ ਉਹਨੂੰ ਚੱਕ ਕੇ ਲਾਏ ਪਹੁੰਚ ਜਾਣਾ ਅੱਛਾ ਅਲੋ ਇਹ ਕਹਿੰਦਾ ਦੋਸਤ ਆ ਮੇਰਾ ਉਹਦਾ ਚੱਲਦੇ ਆ ਪਰ ਮੈਂ ਕੱਲ ਉਹ ਨਹੀਂ ਪੁੱਛਨੇ ਭੈਣ ਮੈਂ ਹੋਰ ਇੱਕ ਦੋ ਬੰਦੇ ਤੋਂ ਪੁੱਛੂੰਗਾ ਸ਼ਾਸਤੀ ਮਾਰ ਕੇ ਚੱਲਦੇ ਆਪਾਂ ਜਾਣਾ ਦੇਖੋ ਮੈਂ ਗੱਡੀ ਤੇ ਪਾਏਗਾ ਉਹਦੇ ਚੱਲਦੇ ਪਹਿਲਾਂ ਮੇਰੇ ਕੋਲ ਵੀ ਬੰਦੇ ਹੈਗੇ ਮੈਂ ਕਰਨ ਨੂੰ ਕਿਹਾ ਹੋਇਆ ਵਾ ਕਰਨ ਕਹਿੰਦਾ ਹੈਗਾ ਬੰਦਾ ਸਭਾ ਠੀਕ ਹੈ ਚੱਲਦੇ ਪੁੱਛ ਕੇ ਕਰਕੇ ਕਰਨਾ ਨਹੀਂ ਯਾਰ ਕਹਿੰਦੇ ਮੈਨੂੰ ਮੋ ਵੀ ਕਹਿੰਦੇ ਬਾਰੀ ਬਰਸੀ ਖੜਨ ਗਿਆ ਸੀ ਖੱਟ ਕੇ ਆਂਦੀ ਨਵੀਂ ਗੱਡੀ ਅੱਛਾ ਜੀ ਬਾਰੀ ਬਰਸੀ ਖੜਨ ਗਿਆ ਸੀ ਖੱਟ ਕੇ ਆਂਦੀ ਨਵੀਂ ਗੱਡੀ ਹੁਣ ਮੈਂ ਕਹਿੰਦਾ ਬੈਠਿਆ ਕਰੇਗੀ ਰੋਜ਼ ਨਵੀਂ ਨਵੀਂ ਨੱਡੀ ਆਂਜੇ ਕੋਈ ਕਹਿੰਦੇ ਯਾਰ ਹੁਣੀ ਆਏ ਕੰਪਨੀ ਗੱਡੀ ਦਾ ਕੰਮ ਕੁੰਮ ਕਰਵਾਉਣ ਨੰਬਰ ਨੰਬਰ ਲਵਾਉਣ ਆ ਗਏ ਗੱਡੀ ਦਾ ਮੈਂ ਕਿਹਾ ਉੱਪਰ ਭੈਵਾ ਜੀ ਨਾ ਜਾਵੇ ਮੈਂ ਕਹਿੰਦਾ ਇੱਕ ਹੋਰ ਗੱਡੀ ਬੁੱਕ ਕਰਾ ਜਾਈਏ ਕਰਾ ਲਓ ਭਾਈ ਪੈਸਾ ਨਾਲ ਨਾਲ ਦੂਜੀ ਵੀ ਕਢਾ ਲਈਏ ਇੱਕ ਗੱਡੀ ਲਾਈ ਫੋਰਚੂਨਰ ਯਾ ਸਕੋਰਪੀਓ ਐਨ ਬਦਮਾਸ਼ਾਂ ਵਾਲੀ ਗੱਡੀ ਮਾੜੀ ਬਦਮਾਸ਼ੀ ਕਰ ਲਾਂਗੇ ਆਪਾਂ ਵੀ ਸਕੋਰਪੀਓ ਐਨ ਵੈਨ ਵੇਟਿੰਗ ਜਾ ਸਕੋਰਪੀਓ ਐਨ ਬੜੀ ਵੇਟਿੰਗ ਆ ਵੈਨ ਸਕੋਰਪੀਓ ਐਨ ਦੀ ਹੋਰ ਫਿਰ ਮਿੱਤਰ ਭਰਾ ਨੂੰ ਟੌਪ ਸਪੀਡ ਟੈਸਟ ਕਰਨ ਵਾਸਤੇ ਗੱਡੀ ਕਦੋਂ ਫੜਾ ਰਹੇ ਆ
ਯਾਰ ਨਵੀਂ ਗੱਡੀ ਦਾ ਕਲਿਆਣ ਕਰਾਉਣਾ ਬੱਚੇ ਨੇ ਚਲਾਉਣ ਲੱਗਾ ਸੀ ਭਾਈ ਨੇ ਰੈਡ ਲਾਈਟ ਜੰਪ ਕਰਾ ਦਿੱਤੀ ਉਧਰ ਪਕਵਾੜੇ ਦੀ ਤਾਂ ਗੱਲ ਹੀ ਨਾ ਯਾਦ ਰੱਖ ਉਹ ਤਾਂ ਸਾਡੇ ਨਾਲ ਇੱਕ ਨੈਸ਼ੀ ਬੰਦਾ ਸੀਗਾ ਉਹਦੇ ਕਰਕੇ ਚਲਾਨ ਹੋ ਗਿਆ ਸਾਡਾ ਉਹੀ ਬੰਦੇ ਕਰਕੇ ਪਹਿਲਾਂ ਵੀ ਚਲਾਨ ਹੋਇਆ ਸੀਗਾ ਅੱਜ ਵੀ ਮਸਾਂ ਬਚੇ ਆਪਾਂ ਮੁਬਾਰਕ ਦੇ ਹੋਰ ਨਵੀਂ ਗੱਡੀ ਦਾ ਚਲਾਨ ਕਰਾ ਕੇ ਹਾਲ ਨਾ ਕਹੀ ਗੱਲ ਯਾਰ ਆਪਾਂ ਅੱਗੇ ਇੱਕ ਵੱਡੇ ਭਰਾ ਲੱਗੇ ਸੀਗੇ ਉੱਥੇ ਚਲਾਨ ਹੋ ਗਿਆ ਸੀਗਾ ਤੇ ਅੱਜ ਵੱਡੇ ਭਰਾ ਵਾਲੀ ਆਉਣ ਲੱਗੇ ਫਿਰ ਚਲਾਨ ਹੋ ਗਿਆ ਸੀਗਾ ਭਰਾ ਠੀਕ ਹੈ ਹੋਰ ਭਰਾ ਬੰਦੇ ਮਿਸ ਕਰਦੇ ਤੈਨੂੰ ਕਹਿੰਦੇ ਆਉਂਦਾ ਨੀ ਹੁਣ ਕੀ ਗੱਲ ਕਹਿੰਦੇ ਯਾਰ ਹੁਣੀ ਆ ਗਏ ਟਾਇਰ ਪਵਾਨ ਸਿੱਧੂ ਟਾਇਰ ਛੇ ਮਾਇਨਾ ਜੀ ਗੱਡੀ ਦੇ ਮਾਏ ਨਾਲ ਖੁਸ਼ ਹੋਏ ਫਿਰ ਮੰਦੇ ਜੀ ਦੇ ਕਿਨੂੰ ਅੱਛਾ ਕਰੋ 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 ਲੋ ਜੀ ਇੱਕ ਵਾਰੀ ਗੱਡੀ ਦੀ ਓਵਰ ਲੁੱਕ ਚੈੱਕ ਕਰੋ ਹਾਂ ਛੇ ਗੱਡੀ ਤਾਂ ਸੋਹਣੀ ਹੈ ਯਾਰ ਬਹੁਤ ਸੋਹਣੀ ਗੱਡੀ ਹੈ ਗੱਡੀ ਸੋਹਣੀ ਹੈ ਹਾਂ ਛੀ ਰੋਇਲ ਐਂਟਰੀ ਰੋਇਲ ਐਂਟਰੀ ਪਤਲਾ ਹੋ ਗਿਆ ਭਰਾ ਪਤਲਾ ਨਜ਼ਰ ਨਾ ਲਵਾ ਦੀ ਉਹਨੂੰ ਐਵੇਂ ਹੁੰਦਾ ਹੋਰ ਫਿਰ ਵਲੋਗ 'ਚ ਗੱਲ ਕਰਦਾ ਵਲੋਗ 'ਚ ਇਹ ਤਾਂ ਗੱਲ ਆਪਣੇ ਪਾਸੇ ਲੈ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਪਸੰਦ ਕਰਕੇ ਤੁਹਾਨੂੰ ਫਿਰ ਦੱਸ ਦੇ ਕਿਹੜਾ ਡਿਜ਼ਾਈਨ ਆਪਾਂ ਸਿਲੈਕਟ ਕੀਤਾ ਵਾ ਲੋਏ ਚੈੱਕ ਕਰੋ ਇੱਕ ਤੋਂ ਇੱਕ ਵੱਧ ਕੇ ਲੋਏ ਹਾਂ ਛੇ ਗੱਲਬਾਤ ਇਹ ਵੀ ਲੋਏ ਸੋਹਣੇ ਲੱਗਦੇ ਆ ਪਲਾਟੀ ਗੱਡੀ ਦੀ ਪਹਿਲਾਂ ਵਾਲੀ ਲੁੱਕ ਚੈੱਕ ਕਰ ਲਓ ਹੁਣ ਅਲੋਏ ਫਿੱਟ ਕਰਾ ਦੇਣੇ ਆ ਅਲੋਏ ਫਿੱਟ ਕਰਾ ਕੇ ਤੁਹਾਨੂੰ ਫਿਰ ਦੱਸਾਂਗੇ ਲੁੱਕੇ ਦੀ ਗੱਡੀ ਤਾਂ ਬਹੁਤ ਸੋਹਣੀ ਆ ਸ਼ਾਨਦਾਰ ਲੱਗੀ ਨਾ ਮੈਨੂੰ
ਮੱਕੜੀ ਤੇ ਜਾਣਾ ਨੀ, ਮੱਕੜੀ ਨੀ ਦਿੱਤਾ ਹੈ ਨਾ, ਬਹੁਤ ਸੋਹਣਾ ਲੱਗਦਾ ਹੈ ਹਨਾ, ਸਪਾਈਡਰ ਲੁੱਕ ਚ ਲਗਾ ਹੋਇਆ ਸੋਹਣਾ ਵਾ। ਲੋਈ ਪਹਿਲਾਂ ਲੋਏ ਕਹਿੰਦੇ ਆਹ ਲਾ ਪਾ ਸ਼ਾਹ ਹੋਰਾਂ ਨੇ, ਤੇ ਦੂਜਾ ਲੋਈ ਅੱਗੇ ਪਵਾਉਂਦੇ, ਫਿਰ ਦੇ ਦੇ ਸਾਨੂੰ ਕਿਹੜਾ ਪਸੰਦ ਆਉਂਦਾ ਉਹੀ ਆਪਾਂ ਡਨ ਕਰ ਦੇਣਾ ਵਾ। ਇਹ ਪਾਸੇ ਬਿਲਕੁਲ ਸਹੀ ਸਲਾਹ ਦੇਵਾਂਗਾ, ਬਿਨਾਂ ਡਰਾਂ ਤੋਂ ਗੱਡੀ ਦਾ ਹੈ ਏਦਾਂ ਹੀ। ਓਏ ਹੋਏ ਹੋਏ, ਕਿਆ ਹੀ ਗੱਲ ਬਾਹਰ ਕਰਨੀ ਆ ਹੈ। ਕਹਿੰਦੇ ਯਾਰ ਹੋਣੀ ਪਹਿਲੀ ਦੁਕਾਨ ਤੋਂ ਨਿਕਲ ਗਏ, ਰੇਟ ਦੀ ਗੱਲ ਬਣੀ ਨੀ, ਤੇ ਰੇਟ ਦੀ ਗੱਲ ਕਿਤੇ ਹੋਰ ਪੁੱਛ ਕੇ ਆਉਂਦੇ ਹਨ। ਵੈਸੇ ਪੈਂਦੇ ਸਾਨੂੰ ਬਾਹਰੋਂ ਸਸਤੇ ਪਏ ਆ, ਬਾਕੀ ਉਹਨਾਂ ਅੱਗੇ ਜਾ ਕੇ ਤੁਹਾਨੂੰ ਮਿਲਦੇ ਆ। ਯਾਰ ਉਹਨਾਂ ਨੇ ਇੱਕ ਇਹ ਵਾਲਾ ਪੀਸ ਪਸੰਦ ਕੀਤਾ ਵਾ, ਭਾਈ ਨੂੰ ਪਸੰਦ ਹੀ ਨਹੀਂ ਆਉਂਦਾ ਕੁਛ, ਚੋਇਸ ਵੀ ਬੜੀ ਹੈ। ਨਹੀਂ ਸਾਨੂੰ ਉਹ ਜ਼ਿਆਦਾ ਵਧੀਆ, ਉਹ ਜ਼ਿਆਦਾ ਵਧੀਆ ਵਾ, ਪਿਛਲੇ ਵਾਲੇ ਜ਼ਿਆਦਾ ਵਧੀਆ ਵਾ। ਉਹੀ ਡਨ ਕਰ, ਉਹੀ ਡਨ ਕਰੋ, ਦੂਜੇ ਵਾਲੇ ਰੇਟ ਦੀ ਗੱਲ ਕਰ ਲਈਏ ਪਹਿਲਾਂ। ਭਰਾ ਦੇਖ ਸਾਹਿਬ ਜੀ ਗੱਲ ਆ, ਗੱਡੀ ਦੀ ਪਾਰਟੀ ਇੱਥੇ ਨੀ ਸਰਨੀ ਹੈਗੀ, ਭਾਈ ਵੱਖਰੀ ਮੈਰਿਡ ਨੂੰ ਉਡਲ ਦੇਣੀ ਪੈਣੀ ਪਾਰਟੀ, ਮੈਰਿਡ ਨੂੰ ਉਡਲ ਦੇਣੀ ਪੈਣੀ ਪਾਰਟੀ। ਨਹੀਂ ਨਾ ਤਾਂ ਨੀ ਕਰੂਗਾ, ਸੰਡੇ ਇਹਦੇ ਕੋਲ ਬੈਕਰ ਚੱਲਣੇ ਇਹਦੇ ਕੋਲ। ਉਹ ਯਾਰ ਇੱਕ ਤਾਂ ਐਡਾ ਬਾਨੇ ਖੋਰ ਬੰਦਾ ਵਾ ਨਾ, ਐਡਾ ਬਾਨੇ ਖੋਰ ਬੰਦਾ ਨਾ ਤੂੰ, ਇਹਦੇ ਕਹਿਣ ਦੀ ਗੱਲ ਨੀ ਕੋਈ, ਮੇਰਾ ਜ਼ੋਰ ਚੜ੍ਹਨਾ ਤਾਂ ਨੰਗਾ ਕਰਕੇ ਘੁੱਟਾ ਵਾ। ਫ੍ਰੀ ਕਰ ਲੈਣੀ ਪਾਰਟੀ ਹਲੇ ਭਾਈ ਕੈਸ਼ ਕਿੰਨੇ ਨੇ ਦੇਖੋ, ਕਹਿੰਦੇ ਕੈਸ਼ ਦੀ ਕਮੀ, ਇਹਨਾਂ ਨੂੰ ਦੱਸੋ ਕਿਉਂ ਸਹੀ ਗੱਲ। ਚਾਰ ਕੋਲ ਠੀਕ ਆ, ਵੈਸੇ ਚਾਰ ਕੋਲ ਸਹੀ ਆ, 525 ਰੁਪਏ ਪਰ ਪਰਸਨ ਆਉਂਦਾ, 525 ਇੰਟੂ 6 ਕਿੰਨਾ ਹੋ ਗਿਆ, 3,350 rupees. ਸੋ ਤਿਆਰ ਸ਼ਿਆਰ ਹੋ ਗਏ ਆ, ਹੁਣ ਮਤਲਬ ਪਾਓ ਗੋਪਾਲ ਲੈਣੀ ਗੱਡੀ ਦੀ ਪਾਰਟੀ, ਤੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਪਾਂ। ਬਾਪੂ ਹੈ, ਬਾਪੂ ਨੂੰ ਬਹਿਰੀ ਆਦਿ ਲਾਣਾ ਵਾ, ਡੱਡਣ ਕਿੱਥੇ ਗਏ,
ਹਾਂਜੀ ਸਤਾਜੀ ਠੀਕ ਹੋ ਜੀ। ਉਹ ਕਾਲੀ ਕਿੱਥੇ ਗਿਆ? ਕਾਲੀ ਅੱਛਾ ਇਹ ਦਿਖੇ ਨੀ ਭਰਾ ਆਂਟੀ। ਕਾਲੀ ਕਿੱਥੇ ਘਰ ਛੱਡਿਆ? ਕਾਲੀ ਕਿੱਥੇ ਆ? ਉਹ ਲਾਈਟ ਹੁਣ ਕਰੀ ਗੱਡੀ ਦੀ, ਕਾਲੀ ਨੀ ਦਿਖਦਾ ਪਿਆ। ਅੱਛਾ ਇਹ ਰਿਹਾ ਹਾਂਜੀ ਕਾਲੀ ਅਮਿਸ ਡਰਾਈਵ ਹਾਂ ਕੌਣ ਕਿਆ ਨਾਮ ਹੈ ਇਸਕਾ? ਅੱਛਾ ਟੀ ਬੰਦ ਹੋ ਗਿਆ ਟੀ ਭਾਈ ਹੱਸਦੇ ਭਾਈ ਕਹਿੰਦੇ ਬੰਦੇ ਵਧੀਆ ਲੱਗਦਾ। ਔਰ ਵੀ ਠੀਕ ਹੋ ਵੀ? ਕਾਮ ਕਾਮ ਪੇ ਬੰਦੇ ਕੀ ਜ਼ਰੂਰਤ ਨਹੀਂ ਹੈ, ਇਸਕੋ ਰਖਵਾ ਲੋ ਕਾਲੀ ਕੋ। ਫੋਟੋ ਵੀਡੀਓ ਬੰਦੀ ਵੀ ਆ, ਖਿੱਚ ਲੈ ਖਿੱਚ ਲੈ, ਤੇਰੇ ਪਾਪਾ ਨੂੰ ਦਿਖਾਣਾ, ਤੇਰੇ ਤੁਹਾਡਾ ਮੁੰਡਾ ਵੀ ਖਾ ਲੈਂਦਾ। ਲੋ ਜੀ ਕਹਿੰਦੇ ਯਾਰ ਹੁਣੀ ਨੂੰ ਆ ਗਏ, ਕਿੱਥੇ ਆ ਗਏ ਵੀ? ਈਸਟਵੁੱਡ ਆ ਗਏ, ਈਸਟਵੁੱਡ ਆ ਗਏ ਯਾਰ ਹੁਣੀ। ਕਹਿੰਦੇ ਯਾਰ ਹੁਣੀ ਪੰਜਾਬ ਕੇਸਰੀ ਇੰਟਰਵਿਊ ਚੱਲ ਰਹੀ ਹੈ, ਇੰਟਰਵਿਊ ਚੱਲ ਰਿਹਾ ਤੇ ਇੰਟਰਵਿਊ ਆ ਜੀ, ਇੰਟਰਵਿਊ ਖੜੇ ਕੀਤੇ ਮੇਰੇ ਪੰਜਾਬ ਕੇਸਰੀ ਵਾਲੇ। ਕਾਕਾ ਸਹੇਲੀਆਂ ਛੱਡਦੇ ਹੋ? ਸਹੇਲੀਆਂ ਛੱਡਦੇ ਹੋ ਬਾਹਰ ਆ ਕੇ ਵੀ? ਕਹਿੰਦੇ ਯਾਰ ਹੁਣੀ ਐਸੀ ਆ ਗਏ ਆਪਾਂ ਹਮੇਸ਼ਾ, ਵੈਸੇ ਨਾ ਇੱਥੇ ਹੀ ਆ, ਨਿਕਲਦੇ ਆਪਾਂ ਘਰ ਜਾਣ ਆਪਾਂ ਨਿਕਲਦੇ ਵੈਸੇ ਕਿਤੇ ਹੋਰ ਜਾਣ ਵਾਸਤੇ, ਆ ਕੇ ਗੁੰਡੀ ਇੱਥੇ ਹੀ ਸਾਡੀ। ਹਾਂਜੀ ਮਿੱਠੂ ਜੀ ਉਹ ਦੇਖੋ ਗੱਡੀ ਚਲਾ ਲੈਂਗੇ ਅੱਧੀ ਰਾਤੀ। ਹਾਂਜੀ ਹਾਂਜੀ ਅੱਧੀ ਰਾਤੀ ਬੰਦੇ ਪੈ ਜਾਂਦੇ ਹੁੰਦੇ ਦੇਖ ਕੇ, ਆਪਾਂ ਬੰਦੇ ਪਿਛਲੀ ਸੀਟ ਖਾਲੀ ਆ ਫਿਰ ਗਿਆ ਭਾਜੀ ਕਹਿੰਦੇ ਲੋਗੜ ਜਾਣਾ ਨਹੀਂ ਆਉਂਦੀ ਤਾਂ ਹਿਸਾਬ ਲਾ ਲਿਆ ਮੈਂ ਪਿੱਛੇ ਠੋਕਰ ਲੱਗਾ ਹੀ ਤੂੰ ਸ਼ਰਮਾਉਂਦਾ ਸ਼ਰਮਾਉਂਦਾ ਰਾਜਸਥਾਨ ਸੀਗਾ, ਚੌਥੇ ਦਿਨ ਸੁੱਤਾ ਪਿਆ ਸੀਗਾ, ਪੰਜਵੇਂ ਦਿਨ ਚਨਾਰ ਸੀਗਾ, ਕਦੋਂ ਗਿਆ ਸੀਗਾ? ਮਿੱਠਾ ਸ਼ਿਵ ਲੱਗਾ ਭਾਜੀ ਇੱਥੇ ਵੀ ਮਿਲ ਗਿਆ ਤੁਸੀਂ, ਇੱਥੇ ਵੀ ਲੈ ਲਓ ਆ ਜਾਓ ਸਾਲੇ ਹੈ ਨੀ ਗੰਦਾ ਡਰਾਈਵਰ ਹੈ, ਬੜਾ ਗੰਦਾ ਡਰਾਈਵਰ ਹੈ, ਇਹਨੂੰ ਲਾਓ। ਚੱਲ ਸ਼ਿਵਮ ਤੂੰ ਚਲਾ ਗੱਡੀ, ਤੂੰ ਖੁਦ ਸਾਲਿਆ ਲੱਗੀ ਨੀ ਜਗ੍ਹਾ ਹੈਗੀ ਹੈ ਪਰ ਲਾਈ ਤੇ ਕਿੱਥੇ ਹੈ
ਨਕਲੀ ਡਰਾਈਵਰ ਨਕਲੀ ਸਹੀ ਗੱਲ ਆ ਇਹ ਮੇਰਾ ਮੱਥਾ ਦੇਖੋ ਟੀਸ਼ਰਟ ਉੱਪਰ ਆ ਪਿੱਛੇ ਥਮਕ ਥਮਕ ਚੱਲਦਾ ਹੀ ਪੂਰਾ ਬਾਪੂ ਵਸ ਲੈ ਕਰੇ ਨੀ ਗੱਲ ਦੇਖੋ ਵੈਸੇ ਬਾਪੂ ਉੱਧਰ ਕੰਮ ਲੱਗਾ ਮੈਂ ਮੁੰਡੇ ਇੱਥੇ ਫੁੱਲੂ ਤੇ ਖਾਣ ਡੇ ਆ ਬਾਪੂ ਜਾ ਕੇ ਚਟਾਨਾ ਕਰ ਜਾ ਗਈ ਇਸ ਵਲੌਗ ਆਪਾਂ ਕਰਦੇ ਇੱਥੇ ਐਂਡ ਹੋਪ ਕਰਦਾ ਤੁਹਾਨੂੰ ਸਾਰਿਆਂ ਨੂੰ ਵਲੌਗ ਪਸੰਦ ਆਊਗਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਇਹ ਤੁਹਾਨੂੰ ਮਿਲਦਾ ਫਿਰ ਕਿਸੇ ਨੈਕਸਟ ਵਲੌਗ